ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਵੇਂ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਦੇਹ ਦਾ ਸੰਸਕਾਰ ਦੀਵਾਨ ਟੋਡਰਮੱਲ ਜੀ ਨੇ ਕੀਤਾ ਸੀ, ਪਰ ਕੀ ਸਾਨੂੰ ਉਹਨਾਂ ਦੇ ਪਿਛੋਕੜ ਬਾਰੇ ਪਤਾ ਹੈ ਕਿ ਦੀਵਾਨ ਟੋਡਰਮੱਲ ਜੀ ਕਿਹੜੇ ਪਰਿਵਾਰ ਤੋਂ ਸੀ, ਠੀਕ ਹੈ ਜੀ, ਉਹ ਕਿੱਥੋਂ ਦੇ ਰਹਿਣ ਵਾਲੇ ਸੀ ਅਤੇ ਉਹਨਾਂ ਨੇ ਕਿਉਂ ਗੁਰੂ ਘਰ ਲਈ ਆਪਣਾ ਸਾਰਾ ਕੁਝ ਨਿਛਾਵਰ ਕਰਤਾ। ਤੁਹਾਨੂੰ ਪਤਾ ਹੋਏਗਾ ਕਿ ਉਹਨਾਂ ਨੇ 75,000 ਮੋਹਰਾਂ ਵਿਛਾ ਕੇ, ਜਿਹਦਾ ਮੁੱਲ ਮੇਰੇ ਅਕੋਰਡਿੰਗ ਉੱਥੇ 400 ਕਰੋੜ ਰੁਪਏ ਦਾ ਸੀ, ਠੀਕ ਹੈ ਜੀ, ਜਗ੍ਹਾ ਲਈ ਜਿੱਥੇ ਉਹਨਾਂ ਨੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਸੀ। ਅਤੇ ਆਓ ਅਸੀਂ ਥੋੜ੍ਹਾ ਉਹਨਾਂ ਦੇ ਪਿਛੋਕੜ ਬਾਰੇ ਜਾਣਦੇ ਹਾਂ, ਕਿਵੇਂ ਉਹਨੂੰ ਮਤਲਬ ਇਹ ਸੇਵਾ ਮਿਲੀ, ਉਸਦਾ ਪਿਛੋਕੜ ਕੀ ਹੈ। ਇਹ ਗੱਲ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ। ਰਾਮਦਾਸ ਪਾਤਸ਼ਾਹ ਜੀ ਅੰਮ੍ਰਿਤਸਰ ਵਿੱਚ ਸੁਸ਼ੋਭਿਤ ਹੈਗੇ ਸੀ ਅਤੇ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਉਹਨਾਂ ਦੇ ਦਰਸ਼ਨ ਕਰਨ ਆਉਂਦੀਆਂ ਸੀ। ਅਤੇ ਮਾਲਵੇ ਦੀ ਧਰਤੀ 'ਤੇ ਇੱਕ ਤਹਿਸੀਲ ਪੈਂਦੀ ਹੈ ਭਗਵਾਨ ਗੜੀ, ਠੀਕ ਹੈ ਜੀ, ਭਗਵਾਨ ਗੜੀ, ਉੱਥੋਂ ਦਾ ਇੱਕ ਪਿੰਡ ਹੈ ਆਲੋਵਾਲ। ਅਤੇ ਆਲੋਵਾਲ ਦੀ ਸੰਗਤ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਅੰਮ੍ਰਿਤਸਰ ਵਿਖੇ ਚੱਲ ਪਾਏ, ਠੀਕ ਹੈ ਜੀ। ਉਹਨਾਂ ਦੇ ਨਾਲ ਇੱਕ ਬਜ਼ੁਰਗ ਬਾਬਾ ਜੀ ਹੈਗੇ ਸੀ, ਉਹ ਵੀ ਨਾਲ ਤੁਰ ਪਏ। ਅੱਤ ਦੀ ਗਰੀਬੀ, ਪਾਟੇ ਹੋਏ ਕੱਪੜੇ, ਪੈਰਾਂ ਵਿੱਚ ਜੋੜਾ ਨਹੀਂ, ਬਟ ਦਿਲ ਵਿੱਚ ਦਰਸ਼ਨਾਂ ਦੇ ਤਾਨ ਸੀ ਕਿ ਗੁਰੂ ਸਾਹਿਬ ਜੀ ਦਰਸ਼ਨ ਕਰਾਂਗੇ ਅਤੇ ਉਹ ਬਹੁਤ ਕਿਰਪਾ ਕਰਨ ਵਾਲੇ ਨੇ, ਮੇਰੇ 'ਤੇ ਕਿਰਪਾ ਕਰਨਗੇ, ਮੇਰੀ ਗਰੀਬੀ ਨੂੰ ਕੱਢ ਦੇਣਗੇ। ਬਾਕੀ ਕਾਫੀ ਉਹਨਾਂ ਦੀ ਮੰਗਾਂ ਹੈਗੇ ਸੀ ਕਿ ਮੈਂ ਗੁਰੂ ਸਾਹਿਬ ਕੋਲ ਜਾਵਾਂਗਾ ਅਤੇ ਇਹ ਮੰਗਾਂ ਉਹ ਮੰਗਾਂ। ਹੁਣ ਜਿਵੇਂ ਆਮ ਸਾਨੂੰ ਪਤਾ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਲਾਈਨ ਲੱਗੀ ਹੁੰਦੀ ਹੈ, ਉੱਦਾਂ ਹੀ ਲਾਈਨ ਲੱਗੀ ਸੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ। ਕਾਫੀ ਦੇਰ ਉਹ ਲਾਈਨ ਵਿੱਚ ਲੱਗੇ ਰਹੇ, ਲਾਈਨ ਅੱਗੇ ਵੱਧਦੀ ਰਹੀ ਵੱਧਦੀ ਰਹੀ, ਜਿਵੇਂ ਹੀ 3-4 ਸਰੀਰ ਬੱਚੇ ਸੀ ਉਹਨਾਂ ਦੀ, ਮਤਲਬ 3-4 ਲੋਕ ਬੱਚੇ ਸੀ ਉਹਨਾਂ ਦਰਸ਼ਨ ਕਰਨ ਲਈ, ਤੇ ਦੂਰੋਂ ਉਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦਰਸ਼ਨ ਹੋਏ। ਸੋਹਣਾ ਸਰੂਪ, ਸੋਹਣਾ ਦਾਰਾ, ਸੋਹਣਾ ਚਿਹਰਾ, ਤੇ ਉੱਪਰ ਚਵਰ ਚੱਲ ਰਿਹਾ, ਕੀਰਤਨ ਚੱਲ ਰਿਹਾ, ਤੇ ਉਹਨਾਂ ਦਾ ਉਹ ਸਰੂਪ ਦੇਖ ਕੇ ਨਾ ਉਹਨਾਂ ਦੀ ਸਾਰੀ ਮੰਗਾਂ ਜਿਹੜੀਆਂ ਨੇ ਉਹਨਾਂ ਦੇ ਦਿਮਾਗ ਤੋਂ ਨਿਕਲ ਗਈਆਂ। ਹੁਣ ਉਹਨਾਂ ਦੀ ਬਸ ਇੱਕ ਹੀ ਮੰਗ ਸੀ ਕਿ ਮੈਂ ਗੁਰੂ ਸਾਹਿਬ ਕਿਵੇਂ ਕਰਕੇ ਗੁਰੂ ਸਾਹਿਬ ਜੀ ਦੇ ਮੈਨੂੰ ਦਰਸ਼ਨ ਹੋਣ ਜਾਣ ਅਤੇ ਉਹਨਾਂ ਦੇ ਚਰਨ ਦੀ ਮੈਂ ਧੂਲ ਲੈ ਲਵਾਂ। ਅਤੇ ਗੁਰੂ ਸਾਹਿਬ ਦੇ ਕੋਲ ਉਹ ਪਹੁੰਚੇ, ਉਹਨਾਂ ਨੇ ਮੱਥਾ ਟੇਕਿਆ, ਮੱਥਾ ਟੇਕ ਕੇ ਜਿਵੇਂ ਨਿਕਲਣ ਉੱਧਰੋਂ ਜਾ ਰਹੇ ਸੀ ਅਤੇ ਗੁਰੂ ਰਾਮਦਾਸ ਜੀ ਨੇ ਕਿਹਾ, ਭੱਲਿਆ ਲੋਕਾ, ਜੇ ਕੁਝ ਮੰਗਣਾ ਹੈ ਤਾਂ ਮੰਗ ਲੈ, ਇੰਨੀ ਦੂਰੋਂ ਤੋਂ ਆਇਆ ਹੈ। ਅਤੇ ਉਹਨਾਂ ਨੇ ਕਿਹਾ, ਜੀ ਮੈਨੂੰ ਕੁਛ ਨਹੀਂ ਮੰਗਣਾ, ਮੈਂ ਬਸ ਤੁਹਾਡੇ ਦਰਸ਼ਨ ਕਰਨੇ ਸੀ। ਇੱਕ ਵਾਰ ਗੁਰੂ ਪਾਤਸ਼ਾਹ ਨੇ ਹੋਰ ਕਿਹਾ, ਭੱਲੇ ਲੋਕੇ, ਜੇ ਕੋਈ ਮੰਗ ਹੈ ਤਾਂ ਦਿਲ ਵਿੱਚ ਰੱਖਣਾ, ਮੈਨੂੰ ਦੱਸ ਦੇ। ਇੱਦਾਂ ਹੀ 2-3 ਵਾਰ ਕਹਿਣ ਤੋਂ ਬਾਅਦ ਤੀਜੀ ਵਾਰ ਉਹ ਬਜ਼ੁਰਗ ਬਾਬਾ ਬੋਲਿਆ ਕਿ ਜੀ ਮੈਂ ਤੁਹਾਡੇ ਦਰਸ਼ਨ ਦੀ ਮੰਗ ਸੀ ਅਤੇ ਮੈਂ ਤੁਹਾਡੇ ਦਰਸ਼ਨ ਕਰਨ ਆਇਆ, ਮੇਰਾ ਸਰੀਰ ਬਹੁਤ ਬਜ਼ੁਰਗ ਹੋ ਗਿਆ ਅਤੇ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਦਰਸ਼ਨ ਇੱਕ ਹੋਰ ਵਾਰ ਮੈਨੂੰ ਹੋਣ ਅਤੇ ਤੁਸੀਂ ਮੇਰੇ ਗਰੀਬ ਦੀ ਕੁਟੀਆ ਵਿੱਚ ਆ ਕੇ ਦਰਸ਼ਨ ਦਿਓ ਅਤੇ ਮੇਰੇ ਪਾਕ ਖੁੱਲ੍ਹ ਜਾਣਗੇ। ਅਤੇ ਗੁਰੂ ਸਾਹਿਬ ਜੀ ਨੇ ਕਿਹਾ, ਜੀ ਬਿਲਕੁਲ, ਅਸੀਂ ਜ਼ਰੂਰ ਦਰਸ਼ਨ ਦੇਵਾਂਗੇ, ਤੁਹਾਡੇ ਉੱਥੇ ਰਹਾਂਗੇ ਵੀ, ਕੀਰਤਨ ਵੀ ਕਰਾਂਗੇ। ਅਤੇ ਬਹੁਤ ਖੁਸ਼ ਹੋ ਗਿਆ। ਅਤੇ ਨਾਲ ਦੇ ਨਾਲ ਉਹਨੇ ਗੁਰੂ ਸਾਹਿਬ ਤੋਂ ਪੁੱਛਿਆ ਕਿ ਗੁਰੂ ਸਾਹਿਬ ਜੀ, ਆਪ ਜੀ ਨਾਲ ਕਿੰਨੇ ਬੰਦੇ ਆਣਗੇ, ਮਤਲਬ ਕਿੰਨੇ ਲੋਕ ਆਣਗੇ। ਅਤੇ ਗੁਰੂ ਸਾਹਿਬ ਜੀ ਨੇ ਕਿਹਾ, ਅਸੀਂ 30 ਬੰਦਿਆਂ ਦਾ ਜੱਥਾ ਲੈ ਕੇ ਆਵਾਂਗੇ। ਅਤੇ ਗੁਰੂ ਸਾਹਿਬ ਨੇ ਜਦ ਇਹ ਗੱਲ ਕਹੀ ਤਾਂ ਉਹ ਸੋਚਾਂ ਵਿੱਚ ਪੈ ਗਿਆ। ਅਤੇ ਗੁਰੂ ਸਾਹਿਬ ਨੇ ਪੁੱਛਿਆ, ਕੀ ਗੱਲ ਹੋ ਗਈ, ਭੱਲਿਆ ਏ, ਕੀ ਹੋ ਗਿਆ, ਕੀ ਸੋਚਣ ਲੱਗੇ ਹੋ? ਕਹਿੰਦਾ, ਗੁਰੂ ਸਾਹਿਬ ਜੀ, ਮੈਂ ਤਾਂ ਬਹੁਤ ਗਰੀਬ ਹਾਂ, ਤੁਹਾਡੇ ਇਕੱਲੇ ਦਾ ਤਾਂ ਮੈਂ ਖਰਚਾ ਚੱਕ ਸਕਦਾ, ਤੁਹਾਡੀ ਸੇਵਾ ਕਰ ਸਕਦਾ, ਤੁਹਾਨੂੰ ਲੰਗਰ ਪਾਣੀ ਛਕਾ ਸਕਦਾ, ਪਰ 30 ਲੋਕਾਂ ਦਾ ਸੇਵਾ ਮੈਂ ਨਹੀਂ ਕਰ ਸਕਦਾ ਅਤੇ ਤੁਸੀਂ ਮੇਰੇ ਘਰ ਨਾ ਆਏ। ਉਹਨਾਂ ਨੇ ਮਨਾ ਕਰਤਾ ਅਤੇ ਗੁਰੂ ਸਾਹਿਬ ਮੁਸਕਰਾਏ, ਕਹਿੰਦੇ, ਅਸੀਂ ਤੇਰੇ ਘਰ ਤਾਂ ਆਵਾਂਗੇ ਜਦ ਤੇਰੇ ਘਰ ਰੱਲਾਂ ਛੱਲਾਂ ਹੋਣਗੀਆਂ, ਵੱਡੇ ਵੱਡੇ ਮਹਿਲ ਹੋਣਗੇ, ਅਸੀਂ ਤਾਂ ਤੇਰੇ ਕੋਲ ਆਵਾਂਗੇ। ਤੂੰ 30 ਕੀ, ਤੂੰ 300 ਲੋਕਾਂ ਨੂੰ ਖਾਣਾ ਖਵਾ ਸਕੇਗਾ, ਇੰਨੀ ਤੇਰੇ ਵਿੱਚ ਸਮਰੱਥਾ ਹੋਏਗੀ। ਅਤੇ ਉਹਨਾਂ ਨੇ ਕਿਹਾ, ਭਾਈ ਸਾਹਿਬ, ਮੇਰਾ ਤਾਂ ਬੁੱਢਾ ਸਰੀਰ ਹੋ ਗਿਆ, ਮੇਰੇ ਕੋਲ ਨਾ ਤਾਂ ਇੰਨੀ ਹਿੰਮਤ ਹੈ ਕਮਾਉਣ ਦੀ, ਕਿਵੇਂ ਹੋਏਗਾ? ਅਤੇ ਉਹਨਾਂ ਨੇ ਕਿਹਾ, ਨਹੀਂ,
ਅਸੀਂ ਤੇਰੇ ਰੂਪ ਦੇ ਵਿੱਚ ਨਹੀਂ ਆਵਾਂਗੇ, ਅਸੀਂ ਤੇਰੇ ਚੌਥੇ ਪੀੜ੍ਹੀ ਵਿੱਚ ਆਵਾਂਗੇ ਅਤੇ ਨੌਵੇਂ ਸਰੂਪ ਵਿੱਚ ਅਸੀਂ ਤੇਰੇ ਨੂੰ ਤੁਹਾਨੂੰ ਦਰਸ਼ਨ ਦੇਵਾਂਗੇ। ਇਹ ਕਹਿ ਕੇ ਗੱਲ ਉੱਥੇ ਖਤਮ ਅਤੇ ਬਾਬਾ ਜੀ ਉੱਥੋਂ ਚਲੇ। ਫਿਰ ਕਰਦੇ ਕਰਦੇ ਸਮਾਂ ਲੰਘਦਾ ਗਿਆ, ਲੰਘਦਾ ਗਿਆ, ਲੰਘਦਾ ਗਿਆ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਾਂ ਅਤੇ ਗੁਰੂ ਤੇਗ ਬਹਾਦਰ ਜੀ ਪ੍ਰਚਾਰ ਕਰਦੇ ਹੋਏ ਆਲੋਵਾਲ ਦੀ ਧਰਤੀ 'ਤੇ ਪਹੁੰਚੇ। ਠੀਕ ਹੈ ਜੀ। ਅਤੇ ਉਸ ਟਾਈਮ ਇਹਨਾਂ ਦੀ ਚੌਥੀ ਪੀੜ੍ਹੀ ਉੱਥੇ ਵੱਸ ਰਹੀ ਸੀ ਅਤੇ ਉਹਨਾਂ ਸਾਰਿਆਂ ਨੂੰ ਗੁਰੂ ਰਾਮਦਾਸ ਜੀ ਦੇ ਬਾਰੇ ਸਭ ਕੁਛ ਪਤਾ ਸੀ ਕਿ ਕਿਵੇਂ ਉਹਨਾਂ ਦੇ ਬਜ਼ੁਰਗਾਂ ਨੇ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਕੀ ਮੰਗ ਕੀਤੀ। ਅਤੇ ਉਹਨਾਂ ਦੇ ਜਿਹੜੇ ਚੌਥੀ ਪੀੜ੍ਹੀ ਦੇ ਜਿਹੜੇ ਉਸ ਟਾਈਮ ਜਿਹੜੇ ਸਲਾਹਕਾਰ ਸੀ ਜਾਂ ਜਿਹੜੇ ਅਸੀਂ ਕਹਿ ਸਕਦੇ ਜਿਹੜੇ ਵਾਰਿਸ ਸੀ, ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਆਏ ਹੋਏ ਨੇ ਅਤੇ ਉਹ ਆਪਣੇ ਵਜਿੰਦਿਆਂ ਨੂੰ ਲੈ ਕੇ ਉਹਨਾਂ ਦੇ ਨਾਲ ਚਲੇ ਗਏ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਲੈਣ ਲਈ। ਅਤੇ ਬੜੇ ਆਦਰ ਸਤਿਕਾਰ ਨਾਲ ਉਹਨਾਂ ਨੇ ਗੁਰੂ ਸਾਹਿਬ ਨੇ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਆਪਣੇ ਘਰ ਬੁਲਾਇਆ। ਉਹ ਹੁਣ ਇਸ ਟਾਈਮ ਜਿਹੜਾ ਹੈ ਉਹ ਬਹੁਤ ਆਲੀਸ਼ਾਨ ਕੋਠੀ ਉਹਨਾਂ ਦੀ ਬਣ ਗਈ ਸੀ, ਰੱਲਾਂ ਛੱਲਾਂ ਸੀ ਉੱਥੇ, ਵੱਡੇ ਵੱਡੇ ਬਾਗ ਸੀ ਉਹਨਾਂ ਦੇ ਕੋਲ ਅਤੇ ਲੱਖਾਂ ਦੇ ਲੋਕ ਗਿਣਤੀ ਵਿੱਚ ਲੋਕ ਉਹਨਾਂ ਉੱਥੇ ਕੰਮ ਕਰਦੇ ਸੀ ਅਤੇ ਆਪਣਾ ਰਜੋਰੀ ਕਰਦੇ ਸੀ। ਅਤੇ ਉਹਨਾਂ ਨੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ, 2-3 ਦਿਨ ਗੁਰੂ ਸਾਹਿਬ ਉੱਥੇ ਰਹੇ, ਲੰਗਰ ਪਾਣੀ ਛੱਕਿਆ, ਕੀਰਤਨ ਵਗੈਰਾ ਕੀਤਾ। ਜਦ ਜਾਣ ਲੱਗੇ ਅਤੇ ਉਹਨਾਂ ਨੇ ਇੱਕ ਦੁਸ਼ਾਲਾ ਗੁਰੂ ਤੇਗ ਬਹਾਦਰ ਜੀ ਨੂੰ ਭੇਟ ਕੀਤਾ, ਗੁਰੂ ਸਾਹਿਬ ਜੀ ਆਪ ਇਹ ਤੁਹਾਡੇ ਲਈ ਹੈ ਅਤੇ ਨਾਲ ਇੱਕ ਮੋਹਰਾਂ ਦੀ ਥਾਲ ਭਰ ਕੇ ਮੋਹਰਾਂ ਉਹਨਾਂ ਨੂੰ ਦੇ ਦਿੱਤੀਆਂ। ਅਤੇ ਗੁਰੂ ਤੇਗ ਬਹਾਦਰ ਸਿੰਘ ਜੀ ਨੇ ਜਿਹੜਾ ਦੁਸ਼ਾਲਾ ਹੈ ਉਹ ਲੈ ਕੇ ਆਪਣੇ ਮੋਢੇ 'ਤੇ ਰੱਖ ਲਿਆ ਅਤੇ ਜਿਹੜੀ ਥਾਲ ਸੀ ਉਹਨੂੰ ਪਿੱਛੇ ਕਰ ਦਿੱਤਾ। ਅਤੇ ਭਾਈ ਸਾਹਿਬ ਬੋਲਣ ਲੱਗੇ, ਗੁਰੂ ਸਾਹਿਬ ਕੀ ਗੱਲ, ਮੇਰੇ ਤੋਂ ਕੋਈ ਗੁਨਾਹ ਹੋ ਗਿਆ, ਤੁਸੀਂ ਥਾਲ ਨਹੀਂ ਲੈ ਰਹੇ? ਉਹ ਕਹਿ ਰਹੇ ਇਹਨਾਂ ਮੋਹਰਾਂ ਨਾਲ ਮੇਰਾ ਕੀ ਹੋਏਗਾ, ਮੈਨੂੰ ਹੋਰ ਚਾਹੀਦੀਆਂ ਨੇ। ਅਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੀ, ਮੇਰੀ ਤਿਜੋਰੀ ਵਿੱਚ ਇੱਕ ਥਾਲ ਹੋਰ ਪਈ ਹੈ ਮੋਹਰਾਂ ਦੀ, ਮੈਂ ਤੁਹਾਨੂੰ ਉਹ ਵੀ ਦੇ ਦਾਂਗਾ। ਉਹ ਕਹਿ ਰਹੇ ਪੁੱਤਰ ਜੀ ਮੇਰਾ ਥਾਲਾਂ ਨਾਲ ਕੁਛ ਨਹੀਂ ਹੋਣਾ, ਮੈਨੂੰ ਤਾਂ ਗੱਡੇ ਭਰ ਕੇ ਚਾਹੀਦੇ ਨੇ ਮੋਹਰਾਂ। ਅਤੇ ਸੋਚਾਂ 'ਚ ਪੈ ਗਿਆ, ਗੁਰੂ ਸਾਹਿਬ ਦੇ ਚਰਨੀ ਪੈ ਗਿਆ, ਗੁਰੂ ਸਾਹਿਬ ਜੀ ਸਾਰਾ ਕੁਛ ਤੁਹਾਡਾ ਦਿੱਤਾ ਹੋਇਆ, ਸਾਰਾ ਕੁਛ ਗੁਰੂ ਰਾਮਦਾਸ ਜੀ ਦਿੱਤਾ ਹੋਇਆ, ਜੇ ਤੁਸੀਂ ਕਹਿੰਦੇ ਹੋ ਮੈਂ ਆਪਣਾ ਸਾਰਾ ਕੁਛ ਵੇਚ ਕੇ ਤੁਹਾਨੂੰ ਦੇ ਦਾਂਗਾ, ਪਰ ਫਿਰ ਵੀ ਉਹ ਇੰਨਾ ਇਕੱਠਾ ਨਹੀਂ ਹੋਏਗਾ ਕਿ ਮੇਰੇ ਗੱਡੇ ਭਰ ਕੇ ਮੈਂ ਤੁਹਾਨੂੰ ਦੇ ਦਾਂ। ਅਤੇ ਗੁਰੂ ਸਾਹਿਬ ਨੇ ਕਿਹਾ ਫਿਕਰ ਨਾ ਕਰ, ਤੂੰ ਅੱਜ ਤੋਂ ਜਿਹੜਾ ਹੈ ਮੋਹਰਾਂ ਇਕੱਠੀਆਂ ਕਰਨਾ ਸ਼ੁਰੂ ਕਰ ਦੇ, ਜਦ ਤੇਰੇ ਕੋਲ ਗੱਡੇ ਭਰ ਕੇ ਮੋਹਰਾਂ ਹੋ ਜਾਣਗੀਆਂ ਜਾਂ ਤੂੰ ਇੰਨਾ ਪ੍ਰਬਲ ਹੋ ਜਾਏਗਾ ਕਿ ਤੇਰੇ ਕੋਲ ਇੰਨਾ ਧਨ ਹੋ ਜਾਏਗਾ ਅਤੇ ਤੇਰੇ ਕੋਲ ਅਸੀਂ ਆਪ ਸੇਵਾ ਲੈ ਲਾਂਗੇ। ਠੀਕ ਹੈ ਜੀ। ਅਤੇ ਹੁਣ ਸਮਾਂ ਲੰਘਦਾ ਗਿਆ, ਉਹਦੇ ਬਾਅਦ ਦੀ ਗੱਲ ਆਪ ਜੀ ਨੂੰ ਪਤਾ ਹੀ ਹੈ ਕਿ ਕਿਵੇਂ ਗੱਡੇ ਭਰ ਕੇ ਮੋਹਰਾਂ ਲਿਆਂਦੀਆਂ ਗਈਆਂ, ਉਹਨਾਂ ਨੂੰ ਵਿਛਾਇਆ ਗਿਆ। ਅਤੇ ਜਿਹੜੇ ਵਜਿੰਦੇ ਉਸ ਟਾਈਮ ਬਾਬਾ ਦੇ ਹੈਗੇ ਸੀ ਉਹੀ ਸਨ ਭਾਈ ਟੋਡਰਮਲ ਜੀ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਤੋਂ ਵਾਅਦਾ ਲਿਆ ਸੀ ਕਿ ਜਦ ਵੀ ਤੁਹਾਨੂੰ ਸੇਵਾ ਦਾ ਮੌਕਾ ਮਿਲੇਗਾ ਤੁਸੀਂ ਮੇਰੇ ਕੋਲੋਂ ਸੇਵਾ ਲੈਣਾ। ਅਤੇ ਉਹ ਸੇਵਾ ਦਾ ਮੌਕਾ ਕਦ ਆਇਆ, ਜਦ ਵਜ਼ੀਰ ਖਾਨ ਨੇ ਜਾਂ ਸੂਬਾ ਸਰਹੰਦ ਨੇ ਉਹਨਾਂ ਕੋਲੋਂ ਮੰਗ ਕੀਤੀ ਕਿ ਤੁਸੀਂ ਮੋਹਰਾ ਵਿਛਾ ਕੇ ਇਹਨਾਂ ਦਾ ਸੰਸਕਾਰ ਕਰੋਗੇ। ਅਤੇ ਉਹ ਗੁਰੂ ਤੇਗ ਬਹਾਦਰ ਜੀ ਵਾਲੀ ਗੱਲ ਉਸ ਦਿਨ ਆਈ, ਦੇਖੋ ਕਿਵੇਂ ਸੇਵਾ ਲਈ ਉਹਨਾਂ ਨੇ। ਠੀਕ ਹੈ ਜੀ। ਕਿਵੇਂ ਉਹਨਾਂ ਨੇ ਸੇਵਾ ਲਈ ਅਤੇ ਭਾਈ ਟੋਡਰਮਲ ਜੀ ਤੋਂ। ਅਤੇ ਉਹਦੇ ਬਾਅਦ ਇਹ ਸਭ ਕੁਝ ਹੋਣ ਤੋਂ ਬਾਅਦ ਭਾਈ ਟੋਡਰਮਲ ਜੀ ਨੇ ਪਿੰਡ ਛੱਡ ਦਿੱਤਾ ਅਤੇ ਉਹ ਅੱਗੇ ਚਲੇ ਗਏ। ਉੱਥੇ ਉਹਨਾਂ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨਾਲ ਹੋਈ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਨਾਂ ਨੂੰ ਗੱਲ ਲਾਇਆ ਕਿ ਤੁਸੀਂ ਬਹੁਤ ਵੱਡੀ ਸੇਵਾ ਨਿਭਾਈ ਹੈ, ਦੱਸੋ ਤੁਹਾਡਾ ਕੀ ਮੰਗ ਹੈ, ਤੁਸੀਂ ਕੀ ਚਾਹੁੰਦੇ ਹੋ ਮੇਰੇ ਕੋਲੋਂ? ਅਤੇ ਜੋ ਉਹਨਾਂ ਨੇ ਮੰਗ ਮੰਗੀ ਉਸ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਸਾਰੀ ਸੰਗਤ ਸੁਣ ਕੇ ਹੈਰਾਨ ਹੋ ਗਈ। ਅਤੇ ਉਹਨਾਂ ਨੇ ਕਿਹਾ ਗੁਰੂ ਸਾਹਿਬ ਮੈਂ ਚਾਹੁੰਦਾ ਕਿ ਮੇਰਾ ਜਿਹੜਾ ਵੰਸ਼ ਹੈ ਨਾ ਉਹ ਇੱਥੇ ਹੀ ਖਤਮ ਹੋ ਜਾਵੇ। ਅਤੇ ਗੁਰੂ ਸਾਹਿਬ ਜੀ ਬੜੇ ਹੈਰਾਨ ਹੋ ਗਏ, ਕਹਿ ਰਹੇ ਪੁੱਤਰ ਜੀ ਇਹ ਕਿਹੜੀ ਮੰਗ ਤੁਸੀਂ ਮੰਗ ਰਹੇ ਹੋ? ਅਤੇ ਉਹਨਾਂ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਜਿਹੜੀ ਜਗ੍ਹਾ ਮੈਂ ਗੁਰੂ ਘਰ ਨੂੰ ਦਿੱਤੀ ਹੈ ਜਿੱਥੇ ਸਾਡੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਸੰਸਕਾਰ ਹੋਇਆ ਜੀ, ਅਤੇ ਮੈਂ ਨਹੀਂ ਚਾਹੁੰਦਾ ਕਿ ਮੇਰੀ
ਅੱਗੇ ਆਉਣ ਵਾਲੀ ਪੀੜ੍ਹੀ ਦਾ ਕੋਈ ਬੰਦਾ ਉੱਥੇ ਜਾ ਕੇ ਕਹੇ ਵੀ ਇਹ ਸਾਡੇ ਬਜ਼ੁਰਗਾਂ ਦੀ ਜ਼ਮੀਨ ਹੈ, ਸਾਨੂੰ ਦਿੱਤੀ ਜਾਵੇ, ਉਹ ਮੈਂ ਗੁਰੂ ਘਰ ਨੂੰ ਦਾਨ ਦੇ ਦਿੱਤੀ ਹੈ, ਅਤੇ ਇਸ ਲਈ ਮੈਂ ਚਾਹੁੰਦਾ ਕਿ ਮੇਰਾ ਵੰਸ਼ ਇੱਥੇ ਖਤਮ ਹੋ ਜਾਵੇ ਅਤੇ ਉਸ ਉਹ ਜਗ੍ਹਾ ਗੁਰੂ ਦੇ ਘਰ ਵਿੱਚ ਹੀ ਰਹੇ। ਅਤੇ ਸਾਧ ਸੰਗਤ ਜੀ, ਇਹਨਾਂ ਸ਼ਹੀਦੀ ਹਫ਼ਤਿਆਂ ਵਿੱਚ ਜਿੱਥੇ ਅਸੀਂ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰਦੇ ਹਾਂ, ਉਹਦੇ ਨਾਲ ਨਾਲ ਹੀ ਸਾਨੂੰ ਇਹ ਗੁਰੂ ਘਰ ਦੇ ਸੇਵਕਾਂ ਨੂੰ ਵੀ ਯਾਦ ਕਰਨਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ਨੇ ਇਹ ਲਾਸਾਨੀ ਮਿਸਾਲ ਬਣਾ ਕੇ ਗੁਰੂ ਘਰ ਦੇ ਬੱਚਿਆਂ ਮਾਤਾ ਗੁਜਰੀ ਜੀ ਦੀ ਸੇਵਾ ਕੀਤੀ, ਭਾਵੇਂ ਉਹ ਟੋਡਰਮਲ ਜੀ ਹੋਣ, ਭਾਵੇਂ ਮੋਤੀ ਮਹਿਰਾ ਜੀ ਹੋਣ, ਜਿਨ੍ਹਾਂ ਨੇ ਦੁੱਧ ਪਿਲਾਇਆ, ਅਤੇ ਉਹਨਾਂ ਸਾਰਿਆਂ ਨੂੰ ਨਮਨ ਹੈ ਜਿਨ੍ਹਾਂ ਨੇ ਇਹ ਗੱਲ ਨੂੰ ਕਾਇਮ ਰੱਖਿਆ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਅਤੇ ਆਪ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਅੱਗੇ ਸ਼ੇਅਰ ਕੀਤਾ ਜਾਵੇ, ਤਾਂ ਜੋ ਉਹਨਾਂ ਨੂੰ ਵੀ ਦੀਵਾਨ ਟੋਡਰਮੱਲ ਜੀ ਦੇ ਇਤਿਹਾਸ ਬਾਰੇ ਪਤਾ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।